ਅਸੀਂ ਜਾ ਰਹੇ ਹਾਂ ਪਿੰਡ ਨੂੰ ਅਤੇ ਲੋਹੜੀ ਇੰਜੋਏ ਕਰਨ ਅਤੇ ਅੱਜ ਸਾਡੇ ਚਾਚਾ ਜੀ ਦੀ ਪਹਿਲੀ ਲੋਹੜੀ ਆ ਗਰੀਬ ਸਾਡੇ ਗਰੀਬਾਂ ਦੀ ਲੋਹੜੀ ਜ਼ਰੂਰ ਤੁਸੀਂ ਇੰਜੋਏ ਕਰਿਓ ਅਤੇ ਤੁਹਾਨੂੰ ਜਲਾਲਾਬਾਦ ਦਾ ਬੋਡਰ ਏਰੀ ਦਾ ਬਾਜ਼ਾਰ ਦਿਖਾਉਣਾ ਪਹਿਲਾਂ ਬਾਜ਼ਾਰ ਦੇਖੋ ਪਹਿਲਾਂ ਅਸੀਂ ਸਕੂਟੀ 'ਤੇ ਚੱਲੇ ਹਾਂ ਭਰਾ ਚੱਲੇ ਨਾਲ ਇੱਧਰ ਮੂੰਹ ਕਰੀ ਮਾੜਾ ਜਿਹਾ ਸਤਿ ਸ਼੍ਰੀ ਅਕਾਲ ਯਾਰ ਥੋੜ੍ਹਾ ਬਾਜ਼ਾਰ ਦੇ ਦਰਸ਼ਨ ਕਰ ਲਓ ਆਹ ਦੇਖੋ ਇੱਧਰ ਚੁੰਗੀ ਆ ਗਈ ਇੱਧਰ ਚੁੰਗੀ ਮੁਕਤਸਰ ਰੋਡ ਆ ਗਿਆ ਸਾਡੀ ਸਕੂਟੀ ਦਾ ਹੋ ਗਿਆ ਜੀ ਬੈਟਰੀ ਲੋ ਹੋ ਗਈ ਹੈ ਜੀ ਸਾਡੀ ਸਕੂਟੀ ਦੀ ਇਸੇ ਕਰਕੇ ਅਸੀਂ ਚਾਚੇ ਜੀ ਨੂੰ ਫੋਨ ਕੀਤਾ ਦੇਖੋ ਹੱਥ ਫੜ ਕੇ ਚੱਲੇ ਵਾਂ ਅਤੇ ਆਹ ਬਹੁਤ ਮਾੜੀ ਹੋਈ ਸਾਡੇ ਨਾਲ ਅੱਜ ਅਤੇ ਡੰਡਾ ਸੀਗਾ ਇੱਕ ਅਤੇ ਅਸੀਂ ਪਿੰਡ ਨੂੰ ਅੱਗ ਗਏ ਅਤੇ ਬਹੁਤ ਮਾੜੀ ਹੋਈ ਠੀਕ ਹੈ ਬਹੁਤ ਮਾੜੀ ਹੋਈ ਸਾਡੇ ਨਾਲ ਜੀ ਆਹ ਵੇਖੋ ਹਨੇਰਾ ਜ਼ਿਆਦਾ ਪੈ ਗਿਆ ਸੋਰੀ ਸਕੂਟੀ ਆ ਗਈ ਸਾਡੀ ਇੱਥੇ ਹੁਣ ਚਾਰਜ ਲਾਉਣ ਲੱਗੇ ਚਾਚੇ ਦਾ ਮੁੰਡਾ ਆਹ ਦੇਖੋ ਜੀ ਸਕੂਟੀ ਲਾਉਣ ਲੱਗੇ ਹਾਂ ਚਾਰਜ ਅਸੀਂ ਹੁਣ ਮਸੇ ਆਏ ਹਾਂ ਭਰਾਵੋ ਪੁੱਛੋ ਨਾ ਹੱਥ ਉੱਤੇ ਫੜ ਕੇ ਆਹ ਲਾਉਣ ਲੱਗਾ ਭਰਾ ਛੋਟਾ ਚਾਰਜ ਸਾਡਾ ਛੋਟਾ ਜਿਹਾ ਗਰੀਬਾਂ ਦਾ ਵਿਹੜਾ ਘਰ ਦੇਖੋ ਸਾਡਾ ਚਾਚੇ ਦਾ ਸ਼ੋਰ ਉਹ ਕਹਿੰਦੇ ਪੇ ਰਾਹ ਖੜੀ ਸਾਡੀ ਟੀਨਾ ਵਾਹ ਐਕਟਿਵਾ ਸਾਡੀ ਖੜੀ ਇੱਕ ਅਸੀਂ ਗਰੀਬ ਖਾਨੇ ਸਾਡੇ 'ਚ ਆ ਗਏ ਆ ਹੋਰ ਪੁਆ ਜੀ ਕੀ ਹਾਲ ਆ ਬਾਪੂ ਕੀ ਹਾਲ ਨੇ ਤੇਰੇ ਬੈਟਰੀ ਡਾਊਨ ਸੀ ਕੀ ਕਰੀਏ ਹੋਰ ਬਾਪੂ ਠੀਕ ਹੈ ਹਾਂ ਲਿਆਂਦਾ 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 ਬਾਪੂ ਹੈਪੀ ਲੋਹੜੀ ਹੈਪੀ ਲੋਹੜੀ ਬੋਲਦਾ ਪਿਆ ਬਾਪੂ ਸਾਡਾ ਬਾਪੂ ਬੋਲਦਾ ਹੀ ਨਹੀਂ ਪਿਆ ਬਾਪੂ ਕਹਿ ਦੋ ਹਾਂਜੀ ਇਹ ਸਾਡੇ ਦਾਦੂ ਜੀ ਨੇ ਬਾਪੂ ਹੈਲੋ ਕਰੋ ਇੱਦਾਂ ਕਰੋ ਇੱਦਾਂ ਹਾਂ ਹਾਂਜੀ ਇਹ ਸੀ ਸਾਡੇ ਬਾਪੂ ਜੀ ਦਾਦੂ ਜੀ ਸਾਡੇ ਅਤੇ ਇਹਨਾਂ ਨੂੰ ਆਪਾਂ ਹੈਪੀ ਲੋਹੜੀ ਕਹਿ ਤਾ ਅਤੇ ਹੁਣ ਆਪਾਂ ਨੈਕਸਟ ਪ੍ਰੋਸੈਸ ਦੀ ਕਰਦੇ ਹਾਂ ਸ਼ੁਰੂਆਤ ਥੋੜ੍ਹੀ ਦੇਰ ਤੱਕ ਰੁਕੋ ਆ ਗਏ ਹਾਂ ਜੀ ਅਸੀਂ ਲੋਹੜੀ 'ਤੇ ਹਾਂਜੀ ਵਲੋਗ ਦੀ ਸ਼ੁਰੂਆਤ ਹੋ ਗਈ ਸਾਡੇ ਚਾਚੇ ਨਾਲ ਅਤੇ ਆਹ ਮਿਲੋ ਜੀ ਸਾਡੇ ਪੁੱਪੜ ਜੀ ਨੂੰ ਪੁੱਪੜ ਕੀ ਹਾਲ ਨੇ ਗਾਣਾ ਸੁਣਾ ਦੇ ਇੱਕ ਤੇਰੀ ਮੂਵੀ ਬਣ ਰਹੀ ਆ ਗਾਣਾ ਸੁਣਾ ਦੇ ਢੋਲ ਵਾਲਾ ਗਾਣਾ ਸੁਣਾ ਦੇ ਇਹ ਪੁੱਪੜ ਸਾਡਾ ਬੋਲੀਆਂ ਨੂੰ ਬਹੁਤ ਆਉਂਦੀਆਂ ਪੁੱਪੜ ਗਾਣਾ ਸੁਣਾ ਦੇ ਪਕੌੜੇ ਬਣਾਏ ਆ ਇਹਨਾਂ ਨੇ ਪਹਿਲੇ ਆਪਦੇ ਮੁੰਡੇ ਦੀ ਸਾਡੇ ਚਾਚੂ ਦੀ ਪਹਿਲੀ ਲੋਹੜੀ ਦੇ ਪਕੌੜੇ ਸਾਡੀ ਚਾਚੀ ਇੱਧਰ ਪਕੌੜੇ ਬਣ ਰਹੇ ਨੇ ਸਬਜ਼ੀ ਬਣ ਰਹੀ ਹੈ ਬੀਬੀ ਜੀ ਬਣਾ ਰਹੇ ਆ ਪਕੌੜੇ ਸਬਜ਼ੀ ਪਹਿਲਾਂ ਹੀ ਆ ਜਾਣਾ ਸੀ ਬਲੈਰੋ ਅਤੇ ਇੰਨੀ ਮੁਸੀਬਤ ਦਾ ਸਾਹਮਣਾ ਨਹੀਂ ਕਰਨਾ ਪੈਣਾ ਸੀ ਬਹੁਤ ਮਾੜੀ ਹੋਈ ਆ ਪਹਿਲਾਂ ਆ ਜਾਂਦੇ ਤਾਂ ਚੰਗਾ ਸੀ ਸੁਣਾ ਚੰਨੇ ਨਾਲ ਮਸੀਤ ਜਦੋਂ ਰੱਬ ਨਾ ਮਾਰੇ ਕੌਣ ਸ਼ਰੀਫ ਵੱਡੇ ਜੀ ਸੁਣਾ ਦੇ ਬੋਲੀ ਕੋਈ ਦੀ ਬਾੜ ਜ਼ਿਆਦਾ ਪੈਣੇ ਰੱਬ ਕੋਚਾ ਪਾਏ ਇੱਕ ਮਹਿਕ ਬੈਠਾ ਬੈਠਾ ਰਹਿ ਪਿਆ ਸਾਨੂੰ ਅਸਲ 'ਚ ਪੁੱਪੜ ਦੀ ਆਵਾਜ਼ ਨਹੀਂ ਆ ਰਹੀ ਅੱਛਾ ਨਹੀਂ ਤਾਂ ਚੰਨਾ ਚੜ ਪੈਣਾ ਬੋਏ ਨੂੰ ਸਾਵਾ ਚਾਚਾ ਸਾਡਾ ਅਤੇ ਸਾਡੀ ਚਾਚੀ ਜੀ ਪਕੌੜੇ ਬਣਾ ਰਹੇ ਆ ਸਪੈਸ਼ਲ ਲੋਹੜੀ ਵਾਸਤੇ ਚਾਚੀ ਸਤਿ ਸ਼੍ਰੀ ਅਕਾਲ ਇੱਧਰ ਮੂੰਹ ਕਰਿਆ ਹੈਲੋ ਕਰਿਆ ਜੀ ਹੈਲੋ ਗਰਮਾ ਗਰਮ ਧੂੰਆਂ ਬਹੁਤ ਅੱਖਾਂ ਨੂੰ ਪੈ ਰਿਹਾ ਅਤੇ ਪਕੌੜੇ ਚਾਚੀ ਦੇ ਹੱਥੇ ਖਾਵਾਂਗੇ ਅੱਜ ਅਸੀਂ ਨਵੀਂ ਚਾਚੀ ਦੇ ਜਿਨ੍ਹਾਂ ਨੇ ਲੋਹੜੀ ਜਿਨ੍ਹਾਂ ਦੀ ਲੋਹੜੀ ਦੇਣੀ ਆ ਅਸੀਂ ਜ਼ਿੰਮੇਦਾਰ ਅਸੀਂ ਲੈਣੀ ਆ ਥੰਬਨੇਲ ਹਾਂ ਫੋਟੋ ਕਰਕੇ ਲਾਵਾਂਗੇ ਥੰਬਨੇਲ ਫੋਟੋਆਂ ਤੁਸੀਂ ਦੋ ਚਾਰ ਕਰਕੇ ਭੇਜਦੇ ਆ ਘੱਟ ਦੇਖੋ ਪਕੌੜੇ ਬਣ ਰਹੇ ਆ ਬਹੁਤ ਵਧੀਆ ਪਕੌੜੇ ਬਣ ਰਹੇ ਆ ਚਾਚੀ ਜੀ ਬਣਾ ਰਹੇ ਚਾਚੀ ਜੀ ਬਹੁਤ ਵਧੀਆ ਪਕੌੜੇ ਬਣਾ ਰਹੇ ਆ ਇੱਧਰ ਇੱਕ ਚਾਚੀ ਸਾਡੇ ਧੂੰਆਂ ਬਹੁਤ ਅੱਖਾਂ 'ਚ ਪੈ ਰਿਹਾ ਬਾਅਦ 'ਚ ਦਿਖਾਉਣੇ ਆ ਤੁਹਾਨੂੰ ਆ ਰਘੂ ਰੋਕੜਾ ਜੀ ਸਾਡੇ ਭਰਾ ਛੋਟੇ ਰਘੂ ਰੋਕੜਾ ਜੀ ਕੀ ਹਾਲ ਨੇ ਠੀਕ ਹੋ ਹੋਰ ਕੀ ਕਰ ਰਹੇ ਹੋ ਇਹ ਰੋਕੜਾ ਸਾਹਿਬ ਸਾਡੇ ਪਕੌੜੇ ਖਾਣ ਦੀ ਵੇਟ 'ਚ ਬੈਠੇ ਨੇ ਇਹਨਾਂ ਨੇ ਪਕੌੜੇ ਖਾਣੇ ਥੋੜ੍ਹੀ ਦੇਰ ਤੱਕ ਬਹੁਤ ਬੇਤਾਬ ਨੇ ਪਕੌੜੇ ਖਾਣ ਵਾਸਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬੇਤਾਬੀ ਸ਼ਾਹੀ ਹੈ ਪਕੌੜਿਆਂ ਦੀ ਇਹਨਾਂ ਨੂੰ
ਬਲਨੀ ਆ ਸਮਾਨ ਸਾਡਾ ਅਸੀਂ ਇਕੱਠੇ ਕਰ ਚਰਨਾਠਾਂ ਅਤੇ ਲੱਕੜਾਂ ਇਕੱਠੀਆਂ ਕਰ ਰਹੇ ਹਾਂ ਅਤੇ ਬਾਲਣ ਇਕੱਠਾ ਕਰ ਰਹੇ ਹਾਂ ਭਰਾ ਛੋਟਾ ਅਤੇ ਉਸ ਤੋਂ ਵੀ ਛੋਟਾ ਭਰਾ ਇੱਕ ਅਤੇ ਆਹ ਲੱਗੇ ਆ ਜੋੜਨ ਲੱਕੜਾਂ ਲੱਕੜਾਂ ਜੋੜਨ ਲੱਗੇ ਆ ਜੀ ਇਹ ਦੇਖੋ ਧਿਆਨ ਨਾਲ ਮੱਖੀ ਮੱਛਰ ਵੀ ਦੀਦਾ ਹੋਣਾ ਤੁਹਾਨੂੰ ਵਿੱਚ ਥੋੜ੍ਹਾ ਥੋੜ੍ਹਾ ਪਕੌੜੇ ਵੀ ਤਿਆਰ ਹੋ ਰਹੇ ਆ ਅਤੇ ਅਸੀਂ ਖਾ ਵੀ ਰਹੇ ਹਾਂ ਰਲ ਮਿਲ ਕੇ ਭੂਆ ਵਾਰੀ ਅਤੇ ਸਾਰੇ ਚਾਚੀ ਜੀ ਵਾਰੀ ਬਣਾ ਰਹੇ ਆ ਇੱਧਰ ਚਾਚੀ ਵਾਰੀ ਖੜ੍ਹੇ ਆ ਮੈਂ ਜੀ ਆਹ ਪਕੌੜਿਆਂ ਨਾਲ ਚਾਟ ਮਸਾਲਾ ਖਾਣ ਦੀ ਸਕੀਮ ਲਾਈ ਆ ਦੱਸਿਆ ਸੀ ਕਹਿੰਦੇ ਚਾਟ ਮਸਾਲਾ ਉੱਪਰ ਲਾ ਕੇ ਖਾਣ ਦਾ ਬਹੁਤ ਮਜ਼ਾ ਆਉਂਦਾ ਮੈਂ ਤਾਂ ਸੋਚਿਆ ਮੈਂ ਚਲ ਪਕੌੜਿਆਂ ਨਾਲ ਚਾਟ ਮਸਾਲਾ ਵੀ ਖਾਂਦੇ ਹਾਂ ਅਤੇ ਨਾਲੇ ਤੁਹਾਨੂੰ ਮਸਾਲਾ ਵਿਖਾਉਣੇ ਵੀ ਆ ਅਤੇ ਨਾਲੇ ਤੁਹਾਨੂੰ ਰੂਮ ਦੇ ਦਰਸ਼ਨ ਵੀ ਕਰਾਉਣੇ ਆ ਗਰੀਬਾਂ ਦੇ ਆਹ ਦੇਖੋ ਸਾਡਾ ਰੂਮ ਆਹ ਵੇਖੋ ਜੀ ਅਤੇ ਆਹ ਪਿਆ ਚਾਟ ਮਸਾਲਾ ਚਾਚਾ ਲਾਉਣਾ ਚਾਟ ਮਸਾਲਾ ਆਹ ਮੇਰੇ ਪ੍ਰਾਈਸ ਜੋ ਛੋਟੇ ਹੁੰਦੇ ਮਿਲੇ ਸੀ ਆਹ ਮੇਰੇ ਛੋਟੇ ਹੁੰਦੇ ਦੀ ਫੋਟੋ ਨਹੀਂ ਹੈਗੀ ਪਰ ਮੈਨੂੰ ਲੱਗੇ ਮੇਰੀ ਆ ਆਹ ਸਾਡੇ ਸਵਰਗਿਆ ਬੀਬੀ ਜੀ ਜੋ ਜਿਹਨੂੰ ਅਸੀਂ ਬਹੁਤ ਪਿਆਰ ਕਰਦੇ ਸੀ ਅਤੇ ਜੋ ਸਾਨੂੰ ਬਹੁਤ ਪਿਆਰ ਕਰਦੇ ਸੀ ਬਣਾ ਰਿਹਾ ਸਬਜ਼ੀ ਸਾਡੇ ਅਤੇ ਥੋੜ੍ਹੀ ਦੇਰ ਬਾਅਦ ਰੋਟੀਆਂ ਵੀ ਚੱਲਣਗੀਆਂ ਚਾਚੂ ਜੀ ਅਤੇ ਭੂਆ ਜੀ ਯਾਰੀ ਪਕੌੜੇ ਖਾ ਰਹੇ ਆ ਚਾਚੇ ਜੀ ਵੀ ਇਮਲੀ ਮਿਲ ਜਾਵੇ ਜੀ ਦੇਖੋ ਅੰਕਲ ਲੈ ਲਓ ਕਰੀ ਮੈਂ ਕਰ ਰਿਹਾ ਮੈਂ ਕਹਿ ਰਿਹਾ ਕਰ ਚਾਚਾ ਸੇਵਾ ਕਰ ਰਿਹਾ ਚਾਚੀ ਜੀ ਬਣਾ ਰਿਹਾ ਅਤੇ ਮੈਂ ਵੀ ਖਾ ਰਿਹਾ ਪਕੌੜੇ ਆਹ ਦੇਖੋ ਰਸ਼ ਪਿਆ ਹੋਇਆ ਕਮਰੇ 'ਚ ਰੋਟੀਆਂ ਕਰਕੇ ਰੋਟੀਆਂ ਬਣ ਰਹੀਆਂ ਨਵੀਂ ਚਾਚੀ ਵੀ ਭੂਆ ਵੀ ਆਹ ਪਈ ਡਾਂਗ ਕੋਕਿਆਂ ਵਾਲੀ ਫੁੱਫੜ ਨੇ ਕਿਲੋ ਪਕੌੜੇ ਖਾ ਲਏ ਬਾਕੀ ਰਹੇ ਚਾਚੀ ਦੀ ਵੀਡੀਓ ਨਾਲ ਰਘੂ ਰੋਕੜਾ ਸਾਡਾ ਨਾਲ ਸਾਡਾ ਸੰਨੀ ਚਾਚੀ ਰੋਟੀਆਂ ਖਾ ਰਹੇ ਆ ਬੀਬੀ ਸਾਡੇ ਰੋਟੀਆਂ ਬਣਾ ਰਹੇ ਆ ਸਾਰਿਆਂ ਨੂੰ ਖਵਾ ਰਹੇ ਆ ਸਾਰੀ ਟੀਮ ਹੋ ਗਈ ਇਕੱਠੀ ਹੁਣ ਪੜਤੂਲ ਪਾਉਣ ਜਾਣਾ ਅਸੀਂ ਨਾਲ ਦੇ ਇੱਕ ਚਾਚੇ ਸਾਡੇ ਦੂਜੇ ਘਰੇ ਵੀ ਲੋਹੜੀ ਆ ਉਹਨਾਂ ਦੇ ਬੱਚੇ ਹੋਏ ਸੀ ਦੋ ਹੁਣ ਪੜਤੂਲ ਪਾਵਾਂਗੇ ਅਸੀਂ ਉੱਧਰ ਜਾ ਕੇ ਸਾਰਿਆਂ ਦਾ ਦੇਖਿਓ ਹੁਣੇ ਤੁਸੀਂ ਬੜਾ ਮਜ਼ਾ ਆਊਗਾ ਤੁਹਾਨੂੰ ਸਾਰਿਆਂ ਨੂੰ ਪਲੀਜ਼ ਇੱਕ ਰਿਕੁਐਸਟ ਇਹ ਆ ਵੀ ਅਸੀਂ ਗਰੀਬ ਯੂਟਿਊਬਰ ਆ ਸਾਡੇ ਕੋਲ ਮਾਈਕ ਹੈ ਨਹੀਂ ਅਤੇ ਮੈਨੇਜ ਕਰਿਓ ਆ ਡੀ ਜੇ ਡੂ ਜੇ ਦੀ ਆਵਾਜ਼ਾਂ ਨੂੰ ਪਲੀਜ਼ ਰਿਕੁਐਸਟ ਆ ਸਾਡੀ ਲੋਹੜੀ ਦੇਖ ਲਓ ਦਾਦੂ ਬਾਬੂ ਨੱਚ ਕੇ ਦਿਖਾ Till I get up Time is barely on our side I don't wanna waste what's left The storms we chase are leading us And love is all we'll ever trust Yeah, no, I don't wanna waste what's left
ਗੇਟਿਆ ਕਾਟ 90 ਪੈਸੇ 90 ਪੈਸੇ ਭਈਆ ਦਾ ਮੂੜ ਤੂੰ ਕਿੰਨਾ ਮੂੜ ਦਾ ਮੂੜੋ ਨਾ ਨਾ ਭਈਆ ਦਾ ਮੂੜੋ 90 ਭਈਆ ਦੇ 90 ਪੈਸੇ ਆਣੇ पटाकों की तैयारी हो रही है ते अग लगन लगी थोड़ी देर तक सारे बह गए कुर्सियां डाह दियां इंजॉय कर रहे होली मूड च चलाओ पटाके कोई नच रहा कोई टप रहा कोई पटाके चला रहा वा पता नहीं किनू लभे आ चलाओ पटाके एडा वड्डा पटाका लोहड़ी तो साड़ी बहुत वधिया बन गई आ प्लीज लाइक जरूर करियो सारे कट्ठे हुंदे हुंदे हौली हौली बस अग लाउण दी तैयारी आ थोड़ी देर तक अग लगन लगी आयो सारे अग लगन लगी आरे आयो अग लगन लगी अग लगन लगी आज पुप्पड़ अग लगन लगी आजा क्यों नाचवा इतने करी जाना वा पुप्पड़ उत्थे नाचवा करी जाना अग इतने लगन लगी कोई अग लगन की तैयारी च सारे जने खड़े आ इत नवी चाची नवी चाची पुराना चाचा नवी चाची पुराना चाचा सुनीप लगे सुनीप जो ना फड़ी रख बस लाओ अग बजुर्गों का बहुत बड़ा हाथ होंगे जी बजुर्ग हिस्टरी सुनाते सानू लोहड़ी की सुनाई से पहला उन्होंने तो आपां भी वैसे पता ही है सारियां किताबां च पढ़ते आ रहे हैं बाकी बजुर्ग साड़ी जिंदगी का बहुत अहम हिस्सा ने बजुर्गों बिना ही जिंदगी अधूरी आ सो बजुर्गों का सत्कार किया करो बजुर्गों की आग्ञा का पालन किया करो बजुर्ग साड़ी जिंदगी का एक बहुत ही अहम पार्ट ने चलो ठीक है कटो भी जेब होली करो कौन देना है आ फड़ो और ये बड़े ने देख लो अभी बड़े ना चल अपने तीन इंजॉय कर रही ने बेचारियां हाला करे कोई नहीं गा जल्दी अग लाओ यार चाची सरपंच नी वाहेगुरु जी का खालसा वाहेगुरु जी की फतेह जयकारा लाओ फतेह सतगुरु नानक तेरी लीला निहारी है वाहेगुरु जी का खालसा वाहेगुरु जी की फतेह लो भी साड़ी लोहड़ी हो गई तैयार सच्चे पातशाह अफड़ी अगली लोहड़ी बाबा जी सारे की लोहड़ी चंगी लंघे बाबा नानक सब का भला करे ते सारे खुश रहन इदा ही सारे इंजॉय करन लोहड़ी हैप्पी लोहड़ी टू आल सारे भैणां भरावां नूं ते सब नूं हैप्पी लोहड़ी साड़ियां भैणां इंजॉय कर रही ने लोहड़ी तो पिछे गाने भी किसी जिन्हां दे नाल गुआंढ लोहड़ी आ उन्हां दे डीजे भी चल रहे आ साड़ी चाची फुल वंड रही आ बोले
टॉफी खाऊंगा मैं तो। चॉकलेट चॉकलेट। ओहो। जयकारा लाओ, वाहेगुरु जी का खालसा, वाहेगुरु जी की फतेह, सत श्री अकाल सबनों, ते लोहड़ी दिया सारिया नू लख लख मुबारक बधाइया। बदल आ गए, बदल गीत गाओ।